ਅੱਜ ਇੱਕ ਖਾਸ ਖਬਰ ਦੇ ਨਾਲ ਤੁਹਾਨੂੰ ਜੋੜਦੇ ਆਂ ਬੇਹੱਦ ਭਾਵੁਕ ਕਰਨ ਵਾਲਾ ਇਹ ਨਜ਼ਾਰਾ ਜੋ ਵੇਖਣ ਨੂੰ ਮਿਲ ਰਿਹਾ ਏ ਪਿੰਡ ਮੂਸੇ ਦੇ ਵਿੱਚ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਫੈਨਸ ਪਹੁੰਚ ਰਹੇ ਨੇ ਕੇਕ ਲੈ ਕੇ ਦਰਸਲ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਜਾ ਚੁੱਕੇ ਨੇ ਇਸ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਪਰ ਫੈਨਸ ਅੱਜ ਜਨਮ ਦਿਨ ਮਨਾ ਰਹੇ ਨੇ ਕੇਕ ਲਿਆ ਕੇ ਜਿੱਥੇ ਕਿ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਸੀ ਜਿੱਥੇ ਕਿ ਸਿੱਧੂ ਮੂਸੇਵਾਲੇ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਮਾਦ ਦੇ ਉੱਪਰ ਆ ਕੇ ਲੋਕ ਮੱਥਾ ਵੀ ਟੇਕ ਰਹੇ ਨੇ ਔਰ ਕੇਕ ਵੀ ਕੱਟ ਰਹੇ ਨੇ ਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਅੱਖਾਂ ਨਾਮ ਵੀ ਕਰ ਰਹੇ ਨੇ ਇੱਕ ਬੇਹੱਦ ਭਾਵੁਕ ਕਰ ਦੇਣ ਵਾਲਾ ਨਜ਼ਾਰਾ ਏ ਜੋ ਮੂਸੇਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਿੱਧੂ ਦੀ ਯਾਰ ਦੇ ਵਿੱਚ ਸ਼ਵੀਲਾਂ ਵੀ ਲਾਈਆਂ ਗਈਆਂ ਨੇ ਤੇ ਕੁਝ ਇੱਕ ਵੱਖਰਾ ਕਨਸੈਪਟ ਵੀ ਇਹਦੇ ਨਾਲ ਜੁੜਦਾ ਏ ਜਿਸ ਤਰ੍ਹਾਂ ਕਿ ਪਹਿਲਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਜਾਂ ਫਿਰ ਉਹਨਾਂ ਦੇ ਜੱਦੀ ਪੁਰਾਣੇ ਘਰ ਦੇ ਵਿੱਚ ਫੈਂਸ ਆਉਂਦੇ ਸੀ ਕੇਕ ਲੈ ਕੇ ਪਹੁੰਚਦੇ ਸੀ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਮਨਾਉਂਦੇ ਸੀ ਸਿੱਧੂ ਨੂੰ ਬਾਈ ਬਾਈ ਕਹਿ ਕੇ ਸੈਲਫੀਆਂ ਵੀ ਲਈਆਂ ਜਾਂਦੀਆਂ ਸੀ ਪਰ ਅੱਜ ਫੈਨਸ ਦਾ ਹੈਗੇ ਨੇ ਕੇਕ ਵੀ ਹੈਗੇ ਨੇ ਜੇ ਹੈਗੇ ਨਹੀਂ ਤਾਂ ਸਿੱਧੂ ਉਥੇ ਆਪ ਨਹੀਂ ਹਨ ਸਿੱਧੂ ਜਿਹੜੇ ਨੇ ਦੁਨੀਆ ਤੋਂ ਉੱਠ ਕੇ ਅੰਬਰ ਦਾ ਤਾਰਾ ਬਣ ਚੁੱਕੇ ਨੇ ਪਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਲੋਕ ਰੋ ਵੀ ਰਹੇ ਨੇ ਭਾਵੁਕ ਵੀ ਹੋ ਰਹੇ ਨੇ ਤੇ ਅੱਖਾਂ ਨਮ ਵੀ ਕਰ ਰਹੇ ਨੇ ਦਰਸਲ ਇਮੋਸ਼ਨਲ ਪਲ ਨੇ ਜਿਹੜੇ ਮੂਸੇਪਿੰਡ ਤੋਂ ਸਾਹਮਣੇ ਆ ਰਹੇ ਨੇ ਜਿੱਥੇ ਕਿ ਸਿੱਧੂ ਦੀ ਸਮਾਦ ਬਣੀ ਹੋਈ ਹੈ ਉਥੇ ਲੱਖਾਂ ਹੀ ਫੈਨਸ ਪਹੁੰਚ ਰਹੇ ਨੇ ਉਥੇ ਨਾਲ ਦੀ ਨਾਲ ਸਿੱਧੂ ਦੇ ਪਰਿਵਾਰ ਨੇ ਵੱਡੇ ਐਲਾਨ ਵੀ ਕੀਤੇ ਨੇ ਔਨ 에ਅਰ ਦੇ ਤੁਸੀਂ ਇੰਟਰਵਿਊ ਸੁਣ ਸਕਦੇ ਹੋ ਜਿੱਥੇ ਕਿ ਸਿੱਧੂ ਦੇ ਮਾਤਾ ਪਿਤਾ ਨੇ ਕਿਹਾ ਸੀ ਕਿ ਉਥੇ ਪੈਸਿਆਂ ਦਾ ਮੱਥਾ ਨਹੀਂ ਟੇਕਣਾ ਤੇ ਸਿੱਧੂ ਜਿਹੜਾ ਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪਿਆਰ ਕਰਦਾ ਏ ਸ਼ਬਦ ਗੁਰੂ ਦੇ ਵਿੱਚ ਯਕੀਨ ਰੱਖਦਾ ਏ ਤੇ ਉਥੇ ਸਿਰਫ ਸਤਕਾਰ ਰੱਖਿਆ ਜਾਏ ਅਸੀਂ ਆਪਣੇ ਬੱਚੇ ਦੀ ਯਾਦਗਾਰ ਉਥੇ ਬਣਾਈ ਹੈ ਸਿਰਫ ਮੱਥਾ ਟੇਕਣ ਦੇ ਲਈ ਨਹੀਂ ਸਿਰਫ ਸਾਨੂੰ ਤਰਵਾਸ ਸਾਡੇ ਖੇਤਾਂ ਦੇ ਵਿੱਚ ਸਾਡਾ ਬੱਚਾ ਏ ਬਸ ਇਸ ਗੱਲ ਦਾ ਯਕੀਨ ਰੱਖ ਕੇ ਉਥੇ ਉਹ ਸਮਾਦ ਬਣਾਈ ਗਈ ਹੈ ਪਰ ਉਥੇ ਲੋਕ ਮਤ ਵੀ ਟੇਕਰੇ ਨੇ ਪੈਸਿਆਂ ਦਾ ਮੱਥਾ ਵੀ ਟੇਕਰੇ ਨੇ ਦਰਸਲ ਸਿੱਧੂ ਦੇ ਮਾਤਾ ਪਿਤਾ ਦੇ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਿੱਧੂ ਦੀ ਯਾਦ ਦੇ ਵਿੱਚ ਤੁਸੀਂ ਦਰਖਤ ਲਾਓ ਸਿੱਧੂ ਦੀ ਯਾਦ ਦੇ ਵਿੱਚ ਸੀਸ ਤੇ ਦਸਤਾਰਾਂ ਸਜਾ ਕੇ ਰੱਖੋ ਦਰਸਲ ਉਸ ਗੱਲ ਨੂੰ ਫੈਨਸ ਘੱਟ ਕਬੂਲ ਰਹੇ ਨੇ ਪਰ ਜਿੱਥੇ ਕੇ ਸਿੱਧੂ ਦੇ ਮਾਤਾ ਪਿਤਾ ਦੀ ਵੱਡੇ ਪੱਧਰ ਤੇ ਅਪੀਲ ਹੈ ਉਹਨੂੰ ਅੱਜ ਮੰਨਣ ਦੀ ਜ਼ਰੂਰਤ ਹੈ ਸਾਡੇ ਦਰਸ਼ਕਾਂ ਨੇ ਵੀ ਇਸ ਗੱਲ ਦੇ ਨਾਲ ਆਪਣੀ ਸਹਿਮਤੀ ਜਤਾਈ ਹੈ ਕਿ ਸਿੱਧੂ ਮੂਸੇਵਾਲਾ ਦੇ ਜੋ ਸੋਚ ਹੈ ਜੋ ਦੇ ਮਾਤਾ ਪਿਤਾ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਨੇ ਉਸ ਨੂੰ ਮੰਨਣਾ ਅਤ ਜ਼ਰੂਰੀ ਹੈ ਪਰ ਇਹ ਬੇहद ਭਾਵੁਕ ਕਰ ਦੇਣ ਵਾਲਾ ਨਜ਼ਾਰਾ ਹੈ ਜਿੱਥੇ ਕੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਸ਼ਵੀਲਾਂ ਲਾਈਆਂ ਜਾ ਰਹੀਆਂ ਨੇ ਤੇ ਡੀਜਿਆਂ ਦੇ ਉੱਪਰ ਆਨੇ ਵੀ ਸਿੱਧੂ ਮੂਸੇਵਾਲੇ ਦੇ ਚੱਲ ਰਹੇ ਨੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ੁਭਦੀਪ ਹਮੇਸ਼ਾ ਸਾਡੇ ਦਿਲ 'ਚ ਵਸਦਾ ਸੀ ਤੇ ਸਾਡੇ ਦਿਲ 'ਚ ਵਸਦਾ ਰਹੂਗਾ ਪਰ ਅੱਜ ਸਾਡੇ ਵਿੱਚ ਨਾ ਹੋਣ ਦੀ ਜਿਹੜੀ ਘਾਟ ਹੈ ਉਹ ਰੜਕਦੀ ਪਈ ਹੈ ਦਰਸਲ ਪਿਆਰ ਦਾ ਨਾਮ ਪਿੰਡ ਮੂਸੇ ਦੇ ਵਿੱਚ ਗੱਗੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸ਼ੁਭਦੀਪ ਸਿੱਧੂ ਮੂਸੇਵਾਲਾ ਪਰ ਅੱਜ ਪਿੰਡ ਦੇ ਲੋਕ ਬੇਹੱਦ ਭਾਵੁਕ ਨੇ ਔਰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਲੋਕ ਜਿਹੜੇ ਨੇ ਸਿੱਧੂ ਮੂਸੇਵਾਲੇ ਦੀ ਸਮਾਰਤ ਦੇ ਉੱਪਰ ਆ ਕੇ ਮੱਥਾ ਟੇਕ ਰਹੇ ਨੇ ਪਹੁੰਚ ਰਹੇ ਨੇ ਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਅੱਖਾਂ ਨਮ ਵੀ ਕਰਦੇ ਪਏ ਨੇ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਉੱਥੇ ਬੈਠ ਕੇ ਲੋਕ ਯਾਦ ਕਰਕੇ ਰੋ ਵੀ ਰਹੇ ਨੇ ਤੇ ਇੱਕ ਦੂਜੇ ਨੂੰ ਚੁੱਪ ਵੀ ਕਰਾ ਰਹੇ ਨੇ ਪਰ ਸਿੱਧੂ ਮੂਸੇਵਾਲੇ ਦੇ ਜਾਣ ਦਾ ਜਿਹੜਾ ਦਰਦ ਹੈ ਉਹ ਸਾਫ਼-ਸਾਫ਼ ਦੇਖਦਾ ਪਿਆਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ